ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਨਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਓਫਿਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਜੀ, ਜਿਹੜਾ ਕਿ ਆਊਟ ਕਰ ਦਿੱਤਾ ਗਿਆ PEEBSB ਦੇ ਵੱਲੋਂ। ਜੀ ਦੋਸਤੋ, PEEBSB ਦੇ ਵੱਲੋਂ ਵੇਰੀਅਸ ਵੈਕੈਂਸੀਜ਼ ਦੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਗਏ ਨੇ, ਜਿਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਇੱਕ ਹੋਰ ਨੋਟੀਫਿਕੇਸ਼ਨ, ਉਹਦੇ ਬਾਰੇ ਵਿੱਚ ਵੀ ਆਪਾਂ ਗੱਲ ਕਰਾਂਗੇ। ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਚੈਨਲ 'ਤੇ ਆਇਓ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਵੀ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਜਿਹੜਾ ਕਰ ਸਕਦੇ ਹੋ ਜੀ। ਜਿਹਦੇ ਲਈ ਸਿੰਪਲੀ ਤੁਸੀਂ ਗੂਗਲ 'ਚ ਜਾਣਾ ਹੈ ਔਰ ਉੱਥੇ ਜਾ ਕੇ ਟਾਈਪ ਕਰਨਾ ਹੋਵੇਗਾ www.meetacademy.in, ਤਾਂ ਉੱਥੋਂ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਤੁਸੀਂ ਲੈ ਸਕਦੇ ਹੋ ਅਤੇ ਚੈੱਕ ਕਰਕੇ ਅਪਲਾਈ ਜਿਹੜਾ ਤੁਸੀਂ ਕਰ ਸਕਦੇ ਹੋ ਜੀ। ਕਿੱਦਾਂ ਅਪਲਾਈ ਕਰਨਾ ਹੋਵੇਗਾ ਉਹ ਵੀ ਮੈਂ ਤੁਹਾਨੂੰ ਅੱਗੇ ਦੱਸਾਂਗਾ ਇਸ ਵੀਡੀਓ ਦੇ ਵਿੱਚ। ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਤਾਂ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਅਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦਾ ਜੀ। ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਹੈ ਜੀ, ਜਿਹੜਾ ਕਿ ਆਊਟ ਕੀਤਾ ਗਿਆ ਡਾਇਰੈਕਟਰ ਜਨਰਲ ਆਫ ਪੁਲਿਸ ਜੇਲ੍ਹਾਂ ਵਿਭਾਗ ਚੰਡੀਗੜ੍ਹ ਦੀਆਂ ਬਾਰਡਰ ਦੀਆਂ 175 ਅਸਾਮੀਆਂ ਦੇ ਲਈ ਤੁਸੀਂ ਜਿਹੜਾ ਜੀ ਇਹਦੇ ਲਈ ਅਪਲਾਈ ਕਰਨਾ ਹੋਵੇਗਾ। ਮੈਟਰਨ ਦੀਆਂ ਜਿਹੜੀਆਂ ਨੇ 4 ਅਸਾਮੀਆਂ ਨੇ, ਜਿਹਦੇ ਲਈ ਸਿੱਧੀ ਤੌਰ 'ਤੇ ਜਿਹੜੀ ਹੈ ਜੀ ਨੋਟੀਫਿਕੇਸ਼ਨ ਦੀ ਆਊਟ ਕਰ ਦਿੱਤਾ ਗਿਆ ਹੈ। ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈਬਸਾਈਟ 'ਤੇ ਤੁਸੀਂ ਜਿਹੜਾ 29/7 ਤੋਂ ਲੈ ਕੇ 20/8/2024 ਤੱਕ ਤੁਸੀਂ ਜਿਹੜਾ ਜੀ ਇਹਦੇ ਲਈ ਅਪਲਾਈ ਕਰਨਾ ਹੋਵੇਗਾ। ਇਸ ਦੇ ਲਈ ਐਕਸਪੈਕਟਡ ਜਿਹੜੀ ਐਜੂਕੇਸ਼ਨ ਹੈ ਜੀ 10th-12th ਪਾਸ ਕੈਂਡੀਡੇਟ ਜਿਹੜੇ ਨੇ ਉਹ ਐਲੀਜੀਬਲ ਨੇ, ਅਪਲਾਈ ਕਰ ਸਕਦੇ ਨੇ। ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰਾਂ ਤਾਂ ਇਸ ਦੇ ਵਿੱਚ ਤੁਹਾਡੀ ਜਿਹੜੀ ਸਿਲੈਕਸ਼ਨ ਪ੍ਰੋਸੈਸ ਹੈ ਉਹ ਹੋਣ ਵਾਲੀ ਹੈ ਤੁਹਾਡੇ ਰਿਟਨ ਐਗਜ਼ਾਮ ਦੇ ਬੇਸਿਸ 'ਤੇ, ਠੀਕ ਹੈ ਜੀ। ਮੈਡੀਕਲ ਤੁਹਾਡਾ ਇਸ ਦੇ ਵਿੱਚ ਹੋਵੇਗਾ, ਸੋ ਉਸ ਦੇ ਬੇਸਿਸ 'ਤੇ ਹੀ ਤੁਹਾਡੀ ਸਿਲੈਕਸ਼ਨ ਜਿਹੜੀ ਹੈ ਇਸ ਦੇ ਵਿੱਚ ਉਹ ਹੋਣੀ ਹੈ ਜੀ। ਸੋ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇਹ ਵੈਕੈਂਸੀਜ਼ ਦੇ ਲਈ ਅਪਲਾਈ ਕਰਨਾ ਜਿਹੜਾ ਹੈ ਜੀ ਉਹ ਆਊਟ ਹੋ ਜਾਏਗਾ। ਸੋ ਤੁਸੀਂ ਇਹਦੇ ਲਈ ਜਿਹੜੀ ਹੈ ਉਹ ਅਪਲਾਈ ਕਰ ਸਕਦੇ ਹੋ ਔਨਲਾਈਨ ਜਾ ਕੇ ਇਹਨਾਂ ਦੀ ਵੈਬਸਾਈਟ 'ਤੇ। ਇਹਦੇ ਵਿੱਚ ਤੁਹਾਡੀ ਜਿਹੜੀ ਫਿਜ਼ੀਕਲ ਹੈ ਉਹ ਰਿਕੁਆਇਰਡ ਹੈ, ਜਿਸ ਦੇ ਵਿੱਚ ਤੁਹਾਡੀ ਹਾਈਟ ਜਿਹੜੀ ਹੈ 5.7 ਇੰਚ ਹੋਣੀ ਚਾਹੀਦੀ ਹੈ। ਵੇਟ ਤੁਹਾਡਾ ਇੱਥੇ ਮੈਂਸ਼ਨ ਨਹੀਂ ਹੈ। ਚੈਸਟ ਤੁਹਾਡੀ ਜਿਹੜੀ 33 ਹੋਣੀ ਚਾਹੀਦੀ ਹੈ ਔਰ ਤੁਹਾਡੀ ਜਿਹੜੀ ਚੈਸਟ ਐਕਸਪੈਂਡਿਡ ਜਿਹੜੀ ਹੈ ਉਹ 34.5 ਜਿਹੜੀ ਹੈ ਇਸ ਦੇ ਵਿੱਚ ਉਹ ਹੋਣੀ ਜ਼ਰੂਰੀ ਹੋਵੇਗੀ। ਇਸ ਦੇ ਵਿੱਚ ਤੁਹਾਡੀ 100 ਮੀਟਰ ਦੀ ਜਿਹੜੀ ਹੈ ਜੀ ਉਹ ਰੇਸ ਵੀ ਹੋਵੇਗੀ, ਠੀਕ ਹੈ ਜੀ, ਜਿਹੜੀ ਕਿ ਤੁਹਾਨੂੰ ਇਹਦੇ ਵਿੱਚ ਟਾਈਮ ਜਿਹੜਾ ਉਹਨਾਂ ਨੇ ਲਿਖਿਆ ਹੋਇਆ ਉਹ ਤੁਸੀਂ ਚੈੱਕ ਕਰ ਲਿਓ। ਸ਼ਾਰਟ ਪੁੱਟ ਤੁਹਾਡਾ ਜਿਹੜਾ ਹੈ ਜੀ ਉਹ 7.2 kg ਦਾ 5.5 ਮੀਟਰ ਤੱਕ ਹੋਣਾ ਚਾਹੀਦਾ ਹੈ। ਰੋਪ ਕਲਾਈਮ ਤੁਹਾਡੀ 15 ਜਿਹੜੀ ਫੁੱਟ ਦੀ ਹੈ ਉਹ ਇੱਥੇ ਰਹਿਣ ਵਾਲੀ ਹੈ ਜੀ, ਜਿਹਦੇ ਲਈ ਤੁਸੀਂ ਤੁਹਾਡੀ ਹੋਏਗੀ ਫੀਮੇਲ ਦੇ ਲਈ ਅਲੱਗ ਤੋਂ 5.3 ਹਾਈਟ ਹੋਏਗੀ, ਵੇਟ 50 kg ਅਤੇ 18 ਜਿਹੜੀ 100 ਮੀਟਰ ਦੀ ਰੇਸ ਹੋਵੇਗੀ। ਸ਼ਾਰਟ ਪੁੱਟ 5.4 kg ਦਾ ਹੋਏਗਾ 4 ਮੀਟਰ ਤੱਕ, ਰੋਪ ਕਲਾਈਮ 12 ਫੁੱਟ ਦੀ ਜਿਹੜੀ ਹੈ ਉਹ ਇੱਥੇ ਰਹੇਗੀ, ਠੀਕ ਹੈ ਜੀ। ਇਹਦੇ ਵਿੱਚ ਪਲੱਸ ਟੂ ਵਾਲੇ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ, ਮੈਟਰਨ ਦੇ ਲਈ, ਪੋਸਟ ਦੇ ਲਈ ਵੀ 12th ਪਾਸ ਕੈਂਡੀਡੇਟ ਐਲੀਜੀਬਲ ਨੇ। ਅਤੇ ਏਜ ਲਿਮਿਟ ਦੀ ਗੱਲ ਕਰਾਂ ਤਾਂ 18 ਤੋਂ ਲੈ ਕੇ 27 ਸਾਲ ਤੱਕ ਦੇ ਕੈਂਡੀਡੇਟ ਜਿਹੜੇ ਨੇ ਇੱਥੇ ਐਲੀਜੀਬਲ ਨੇ ਅਤੇ ਅਪਲਾਈ ਕਰ ਸਕਦੇ ਨੇ। ਸਿਲੈਕਸ਼ਨ ਪ੍ਰੋਸੈਸ ਰਿਟਨ ਐਗਜ਼ਾਮ, ਫਿਜ਼ੀਕਲ ਮਾਇਰਮੈਂਟ ਟੈਸਟ, ਫਿਜ਼ੀਕਲ ਐਫੀਸ਼ੀਐਂਸੀ ਟੈਸਟ, ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ। ਅਤੇ ਇਸ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਫੀ ਉਹੀ ਸੇਮ ਰਹੇਗੀ, 1000 ਰੁਪੀਸ ਤੁਹਾਡੀ ਜਿਹੜੀ ਹੈ ਉਹ ਜਨਰਲ ਰਹੇਗੀ, ਸਪੋਰਟ ਪਰਸਨ ਦੇ ਲਈ ਰਹੇਗੀ, SC BC EWS ਦੇ ਲਈ 250 ਅਤੇ ਐਕਸਰਵਿਸਮੈਂਟ ਡਿਪੈਂਡੈਂਟ ਦੇ ਲਈ 200 ਰਹਿਣ ਵਾਲਾ ਹੈ। ਔਨਲਾਈਨ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ। ਇਸੇ ਦੇ ਨਾਲ ਅਗਰ ਮੈਂ ਗੱਲ ਕਰਾਂ ਪੋਸਟ ਆਫਿਸ ਦੀਆਂ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਹੋਈਆਂ ਨੇ, ਠੀਕ ਹੈ, 44,000 ਟੋਟਲ ਵੈਕੈਂਸੀਜ਼ ਆਊਟ ਹੋਈਆਂ ਨੇ ਜਿਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਇਹ ਸੈਕਿੰਡ ਨੋਟੀਫਿਕੇਸ਼ਨ ਹੈ। ਇਸ ਤੋਂ ਇਲਾਵਾ ਜਿਹੜਾ ਹੈ ਜੀ ਨੋਟੀਫਿਕੇਸ਼ਨ ਜਿਹੜਾ ਹੈ ਉਹ PEEBSB ਦੇ ਵੱਲੋਂ ਸਟੈਨੋ ਦਾ ਨੋਟੀਫਿਕੇਸ਼ਨ ਜਿਹੜਾ ਹੈ ਜੀ ਉਹ ਆਊਟ ਕੀਤਾ ਗਿਆ 19 ਪੋਸਟਾਂ ਦਾ, ਜਿਹਦੇ ਲਈ ਤੁਸੀਂ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ ਜੀ। 16/8/2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਇਹਦੇ ਲਈ। ਲਾਸਟ ਡੇਟ ਜਿਹੜੀ ਹੈ ਰੱਖੀ ਗਈ ਹੈ 19 ਤੱਕ ਤੁਸੀਂ ਐਪਲੀਕੇਸ਼ਨ ਫੀ ਪੇ ਕਰ ਸਕਦੇ ਹੋ। ਇਹਦੇ ਵਿੱਚ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਅਤੇ 10ਵੀਂ 12ਵੀਂ ਵਾਲਿਆਂ ਲਈ ਵੀ PEEBSB ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ, ਉਹ ਵੀ ਦਿਖਾ ਦਿੰਦਾ ਤੁਹਾਨੂੰ।
ਇਹ 13 ਵੈਕੈਂਸੀਜ਼ ਨੇ ਜਿਹ 'ਚ ਟੈਲੀਫੋਨ ਓਪਰੇਟਰ, ਵਰਕ ਮਿਸਟਰੀ, ਕੂਪਨ ਕਲਰਕ, ਪਲੰਬਰ ਅਤੇ ਕਾਰਪੈਂਟਰ ਦਾ, ਜਿਹ 'ਚ 10ਵੀਂ ਪਲੱਸ ਆਈ ਟੀ ਆਈ ਵਾਲੇ ਕੈਂਡੀਡੇਟ ਐਲੀਜੀਬਲ ਨੇ ਜਾਂ ਗ੍ਰੈਜੂਏਸ਼ਨ ਵਾਲੇ ਵੀ ਅਪਲਾਈ ਇਹਦੇ 'ਚ ਕਰ ਸਕਦੇ ਨੇ। ਇਹਦੇ ਲਈ ਲਾਸਟ ਡੇਟ ਜਿਹੜੀ ਹੈਗੀ ਹੈ ਜੀ ਔਨਲਾਈਨ ਉਹ 14/8 ਤੱਕ ਹੈਗੀ ਹੈ, ਤੁਸੀਂ ਇਹਦੇ ਲਈ ਅਪਲਾਈ ਜਿਹੜਾ ਕਰ ਸਕਦੇ ਹੋ। ਅਤੇ ਇਹਦੇ ਵਿੱਚ ਵੀ ਕੁਆਲੀਫਿਕੇਸ਼ਨ ਮੈਂ ਦੱਸ ਚੁੱਕਾ ਆਲਰੇਡੀ ਤੁਹਾਨੂੰ, ਠੀਕ ਹੈ ਜੀ, ਦੇਖ ਸਕਦੇ ਹੋ 10th ਪਲੱਸ ਆਈ ਟੀ ਵਾਲੇ ਅਪਲਾਈ ਕਰ ਸਕਦੇ ਨੇ, ਇਹਦਾ ਲਿੰਕ ਵੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦੇਵਾਂਗਾ, ਸੋ ਤੁਸੀਂ ਚੈੱਕ ਕਰਕੇ ਅਪਲਾਈ ਜਿਹੜਾ ਉਹ ਕਰ ਪਾਓਗੇ ਜੀ। ਸਾਰੇ ਲਿੰਕ ਡਿਸਕ੍ਰਿਪਸ਼ਨ ਦੇ ਦਿੱਤੇ ਨੇ, ਚੈੱਕ ਕਰਕੇ ਜ਼ਰੂਰ ਨਾਲ ਅਪਲਾਈ ਕਰ ਲਿਓ। ਫਿਰ ਵੀ ਕੋਈ ਡਾਊਟ ਹੋਏਗਾ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ, ਅਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।